ਸਲਾਮਤ ਰਹੋ ਦੋਸਤੋ, ਉਮੀਦ ਕਰਦੇ ਹਾਂ ਸਾਰੇ ਖੈਰੀਅਤ ਨਾਲ ਹੋਵੋਗੇ। ਸ਼ੋਰਟ ਜਿਹਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਦਾ ਵੀ। ਅਤੇ ਅੱਜ ਦਿਨ ਅੱਧਾ ਕੁ ਦੇ ਉੱਤੇ ਥੱਲੇ ਤਕਰੀਬਨ ਗੁਜ਼ਰ ਚੁੱਕਿਆ ਹੈ, ਟਾਈਮ ਤਕਰੀਬਨ ਕਾਫੀ ਹੋ ਗਿਆ ਹੈ। ਸਾਡੇ ਹਮਸਾਇਆਂ ਦੀ ਜਨਾਬ ਉਹੀ ਜਿੱਥੇ ਮੂੰਜੀ ਬਹੁਤ ਭਾਰੀ ਲੱਗੀ ਹੋਈ ਸੀ, ਇਹਨਾਂ ਨੇ ਇੱਥੇ ਅੱਜ ਇੱਥੇ ਇਹਨੂੰ ਅੱਗ ਛੱਗ ਲਾ ਦਿੱਤੀ ਹੈ। ਮਾੜੇ ਮੋਟੇ ਆ ਜਿਹੜਾ ਰਹਿੰਦ ਖੂੰਹਦ ਸੀਗੀ, ਬਕਾਇਆ ਲੋਕਾਂ ਨੇ ਚੁੱਕ ਚੁੱਕ ਲਈ ਹੈ, ਸਿਰਫ ਮਾੜੀ ਮੋਟੀ ਹੈ। ਉਹਦਾ ਹਲਕਾ ਜਿਹਾ ਧੂੰਆਂ ਛੂਆਂ ਹੋਇਆ ਖੜਾ। ਅਤੇ ਮੈਂ ਜਨਾਬ ਵਿਹਾੜੀ ਤੱਕ ਮਾੜਾ ਜਿਹਾ ਚੱਲਾਂ, ਅਤੇ ਇੱਕ ਪੈਗਾਮ ਵੀ ਦੇਣਾ ਦੋਸਤਾਂ ਨੂੰ ਵੀ ਦਿੰਦਾ, ਮੋਟਰਸਾਈਕਲ ਸਿੱਧਾ ਕਰ ਲਵਾਂ। ਹਾਂਜੀ ਵੀਰ ਜੀ, ਗੱਲ ਇਹ ਸੀਗੀ ਕਿ ਆਪਾਂ ਨਾ ਬੱਚਿਆਂ ਦੀ ਮਜਬੂਰੀ ਕਹਿ ਲਓ ਜਾਂ ਕੋਈ ਕਿਸੇ ਮਜਬੂਰੀ ਦੇ ਤਹਿਤ ਨਾ ਆਪਾਂ ਸ਼ਹਿਰ ਸ਼ਿਫਟ ਹੋਣਾ ਆ, ਤਾਂ ਉਹਦੇ ਵਾਸਤੇ ਮੇਰੀ ਆਪਣਾ ਅਸੀਂ ਮਕਾਨ ਲੱਭਿਆ ਆ ਵੀ, ਯਾਨੀ ਸਾਨੂੰ ਅਗਰ ਕੋਈ ਮੁੱਲ ਵਾਲਾ ਲੱਭ ਜਾਵੇ ਤਾਂ ਉਹ ਵੀ ਕੋਈ ਮੁਨਾਸਬ ਕਿਸੇ ਤਰੀਕੇ ਬਣ ਜਾਂਦਾ ਤਾਂ ਬਿਹਤਰ ਸੀ, ਵਰਨਾ ਸਾਨੂੰ ਰੈਂਟ 'ਤੇ ਸ਼ਿਫਟ ਹੋਣਾ ਪੈਣਾ। ਤਾਂ ਉਹਦੇ ਵਾਸਤੇ ਅਗਰ ਕੋਈ ਬੰਦਾ ਮੇਰਾ ਵਲੌਗ ਦੇਖਣ ਵਾਲਾ ਵਿਹਾੜੀ ਦਾ ਹੋਵੇ ਔਰ ਵਿਹਾੜੀ ਦੇ ਵਿੱਚ ਦਾਰੇ ਅਰਕਮ ਸਕੂਲ ਦੇ ਕਰੀਬ ਸਾਨੂੰ ਕੋਈ ਰੈਂਟ ਦਾ ਮਕਾਨ ਜਿਹੜਾ ਆ ਉਹ ਮੁਹੱਈਆ ਕਰ ਦੇਵੇ, ਜਾਂ ਉਹਦੇ ਨਜ਼ਰ 'ਚ ਹੋਵੇ, ਜਾਂ ਉਹਨੂੰ ਪਤਾ ਹੋਵੇ ਵੀ ਕੌਣ ਬੰਦਾ ਦਿਲਾ ਸਕਦਾ ਹੈ, ਤਾਂ ਕਾਈਂਡਲੀ ਮੈਨੂੰ ਜ਼ਰੂਰ ਮੈਨੂੰ ਦੱਸੇ, ਮੇਰੇ ਵਟਸਐਪ ਨੰਬਰ ਦੇ ਉੱਤੇ ਮੈਨੂੰ ਜ਼ਰੂਰ ਟੱਚ ਕਰ ਦੇਵੇ ਅਤੇ ਮੈਨੂੰ ਦੱਸ ਦੇਵੇ। ਵਟਸਐਪ ਨੰਬਰ ਮੇਰਾ ਇਹਦਾ, ਚਲੋ ਮੈਂ ਇੱਥੇ ਬੋਲ ਦਿੰਦਾ ਉੱਦਾਂ, 0306-13-400, ਅਤੇ ਕਾਈਂਡਲੀ ਇਹਦੇ ਉੱਤੇ ਮੈਨੂੰ ਜ਼ਰੂਰ ਦੱਸੇ। ਇਹਦੇ ਵਾਸਤੇ ਮੈਨੂੰ ਰੋਜ਼ਾਨਾ ਸ਼ਹਿਰ ਜਾਣਾ ਪੈਂਦਾ, ਤੁਸੀਂ ਮੇਰਾ ਦੂਸਰਾ ਤੀਸਰਾ ਵਲੌਗ ਦੇਖ ਰਹੇ ਹੋ, ਅਸੀਂ ਸ਼ਾਮ ਨੂੰ ਜਾਂਦੇ ਹਾਂ ਅਤੇ ਜਾਂ ਰਾਤ ਤੱਕ ਮੈਂ ਵਾਪਸ ਆਉਣਾ, ਉਹ ਇਸੇ ਚੱਕਰ 'ਚ ਹੁੰਦੇ ਹਾਂ, ਕੁਝ ਮੁੱਲ ਵਾਲੇ ਅਤੇ ਕੁਝ ਰੈਂਟ ਵਾਲੇ ਦੇਖਦੇ ਹਾਂ, ਅਤੇ ਉਹ ਜਿਹੜਾ ਸਾਨੂੰ ਸਮਝ ਆ ਗਿਆ ਅਸੀਂ ਆਪ ਵੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਜੇ ਕਿਸੇ ਬੰਦੇ ਨੂੰ ਪਤਾ ਹੋਵੇ ਤਾਂ ਫਿਰ ਉਹ ਵੀ ਦੱਸਿਆ ਜੀ। ਪ੍ਰੋਗਰਾਮ ਬਹੁਤ ਭਾਈ ਨੁਕਸਾਨ ਹੋ ਗਿਆ। ਲੋ ਜੀ, ਮਕਾਨ ਸ਼ਕਾਨ ਲੱਭਦੇ ਫਿਰ ਰਹੇ, ਬੜੀ ਵੀ ਆਈ ਪੀ ਕਲੋਨੀ ਚ। ਚਿੜੀਆ ਘਰ ਦੇ ਕੋਲ ਜਿਹੜਾ ਉਹ ਕਿੰਨੇ ਮਰਲੇ ਦਾ? ਅੱਛਾ ਅੱਛਾ, ਹੈ ਰਹਿੰਦਾ ਚਿੜੀਆ ਘਰ ਦਾ ਸਿਰਫ। ਅੱਛਾ, ਹਾਂ ਨਰਸਰੀ ਨਹੀਂ ਇਹ, ਕੀ ਬਾਤ ਹੈ। ਮਹਿੰਦੀ ਦਾ ਪੌਦਾ ਜੀ, ਇਹ ਮਹਿੰਦੀ ਹੈ ਭਜਨ। ਅੱਛਾ, ਔਰ ਇਸ ਨੂੰ ਇਹਦੀ ਖੁਸ਼ਬੂ ਜਿਹੜੀ ਹੈ ਨਾ ਭਜਨ, ਹੁਣ ਥੋੜੀ ਦੇਰ ਬਾਅਦ ਬੜੀ ਪਿਆਰੀ ਆ। ਅੱਛਾ, ਬਹੁਤ ਜ਼ਿਆਦਾ ਮੈਨੂੰ ਬੜੀ ਅਪੀਲ ਕਰ। ਕਿੱਥੋਂ ਲੈ ਕੇ ਆਏ ਸਰ? ਇਹ ਮੈਲ ਸੀ ਭਜਨ, ਜੱਲੇ ਚੋਂ। ਅੱਛਾ, ਇਸੇ ਤਰ੍ਹਾਂ ਹੀ ਸਾਰੇ ਆ ਡੈਕੋਰੇਸ਼ਨ ਵਾਲੇ ਪੌਦੇ, ਇੰਨੇ ਪੌਦੇ ਭਾਈ ਰੱਖੇ ਨੇ। ਇਹ ਪੁਦੀਨਾ ਹੈ ਭਜਨ? ਹਾਂ ਇਹ ਪੁਦੀਨਾ ਕੀ ਹੈ। ਅੱਛਾ, ਤੇ ਭਾਈ ਨੇ ਇਹ ਇੰਨੇ ਪੌਦੇ ਤਾਂ ਨਰਸਰੀ ਵਾਲਿਆਂ ਕੋਲ ਹੁੰਦੇ ਆ, ਜਿੰਨੇ ਪੌਦੇ ਤੁਸੀਂ ਰੱਖੇ ਨੇ ਇਹਨੇ ਕਲੈਕਸ਼ਨ ਨਰਸਰੀ ਵਾਲਿਆਂ ਕੋਲ ਨਹੀਂ ਆ ਜਿਹੜੀ ਨਿੱਕੀ ਨਹੀਂ ਹੈ। ਹਾਂ ਹਾਂ, ਇਹਨਾਂ ਦੀ ਕੇਅਰ ਬੜੀ ਕਰਨੀ ਪੈਂਦੀ ਹੋਣੀ ਆ, ਪਾਣੀ ਤੇ ਖਾਦ। ਦੇਖੋ ਜੀ, ਭਾਈ ਹੁਣਾਂ ਦਾ ਸ਼ੌਕ ਇੱਥੇ ਰੁਕਿਆ ਸੀਗਾ, ਭਾਈ ਸਾਹਿਬ ਕੀ ਨਾਮ ਭਾਈ ਦਾ? ਭਾਈ ਮੁਮਤਾਜ਼ ਸਾਹਿਬ ਕੋਲ, ਤੇ ਇਹ ਨਾ ਮਾਸ਼ਾਅੱਲਾ ਕਲੈਕਸ਼ਨ ਦੇਖੀ ਇਹਨਾਂ ਦੀ, ਮੈਂ ਵੇਖੋ ਸ਼ੌਂਕ ਦਾ ਲੈਵਲ ਚੈੱਕ ਕਰੋ ਇਹਨਾਂ ਦਾ। ਵੇਖੋ ਸਰ, ਚੈੱਕ ਕਰੋ ਸਰ, ਨਰਸਰੀ ਨਹੀਂ ਹੈ ਇਹ, ਕੁਫਾਰ ਸੇਲ ਨਹੀਂ ਨੇ, ਅਖੀਰ ਕਰਤੀ ਯਾਰ ਭਾਈ ਨੇ। ਮਾਸ਼ਾਅੱਲਾ, ਸ਼ਮਸ ਭਾਈ ਐਂਡ ਆ ਯਾਰ, ਦੁਨੀਆ ਵੱਧ ਤੋਂ ਵੱਧ ਭਾਈ ਵੇ, ਕਿਆ ਬਾ। ਸਾਰੇ ਬੈਠੇ ਮੋਟਰ ਬੰਦ ਕਰਦੇ, ਮੈਂ ਨਾ ਵੀ ਸਾਰਾ ਯਾਰ ਸਰ ਭਾਈ, ਹਾਂਜੀ ਇਹਦੇ ਚੱਕਰ ਲੱਗਦੇ ਸਰ। ਮੈਂ ਤਾਂ ਹੈਰਾਨ ਹਾਂ, ਤੁਹਾਡੀ ਕਲੈਕਸ਼ਨ ਤੋਂ ਹੈਰਾਨ। ਸਰ ਮੈਂ ਤਾਂ ਹੈਰਾਨ ਹਾਂ, ਤੁਹਾਡੀ ਕਲੈਕਸ਼ਨ ਤੋਂ ਹੈਰਾਨ।
ਕਲੈਕਸ਼ਨ ਚੈੱਕ ਕਰੋ ਜੀ ਇਹਨਾਂ ਦੀ। ਭਾਈ ਉਹਨਾਂ ਦੀ ਕਲੈਕਸ਼ਨ ਚੈੱਕ ਕਰੋ ਜੀ, ਸ਼ੌਕ ਚੈੱਕ ਕਰੋ, ਸ਼ੌਕ ਤਿੰਨ ਚਾਰ ਚਾਲੀ ਤੇ ਪੰਤਾਲੀ ਮਿੰਟ ਲੱਗਦੇ ਪਾਈਪ ਨਾਲ ਨਾ ਸਰ ਜੀ ਕਿਆ ਬਾਤ ਦਿਲ ਮਤਲਬ ਕੁਦਰਤੀ ਆ ਪਲਾਸ ਕੱਢਦੇ ਨੀ ਗੇ ਆਹ ਵੀ ਚੈੱਕ ਕਰੋ ਮੀਆਂ ਜੀ, ਮੀਆਂ ਜੀ ਚੈੱਕ ਕਰੋ ਇਹ ਤਾਂ ਨਰਸਰੀ ਵਾਲਿਆਂ ਕੋਲ ਵੀ ਨੀ ਹੈਗੇ ਏਦਾਂ ਇੱਕ ਆਮ ਘਰ ਵਾਲਾ ਬੰਦਾ ਇੱਦਾਂ ਸ਼ੌਕ ਕਰੇ ਚੋਰ ਸਾਹਿਬ ਉਹਦਾ ਲੇਵਲ ਹੈ ਸ਼ੌਕ ਦਾ ਮੇਰੇ ਅੰਦਾਜ਼ੇ ਦੇ ਮੁਤਾਬਕ ਕਰੀਬ 1000 ਤੋਂ ਉੱਤੇ ਉੱਤੇ ਤਾਂ ਹੋਣੇ ਆ 1000 ਤੋਂ ਉੱਤੇ ਉੱਤੇ ਵਰਾਇਟੀ ਆ ਇਹ ਤਾਂ ਇੱਦਾਂ ਹੁੰਦਾ ਨਾ ਸੱਪ ਜਿਹਾ ਨਹੀਂ ਹੁੰਦੇ ਨੀ ਕਹਿੰਦੇ ਬੜੀ ਕੁਲੈਕਸ਼ਨ ਆ ਸਰ ਬਹਾਵਲਪੁਰ ਵੀ ਹੈ ਪੌਦੇ ਮਹਿਸੂਸ ਹੁੰਦਾ ਸਾਰੇ ਕੁਦਰਤੀ ਨੇ ਜੀ ਮਾਸ਼ਾ ਅੱਲਾਹ ਵਿੱਚ ਨਾਲ ਕਬੂਤਰਾਂ ਦੇ ਵੀ ਸ਼ੌਕ ਕੀਤੇ ਆ ਉਹ ਮੱਛੀ ਵੀ ਸਰ ਪਈਆਂ ਸੀ ਵੈਰੀ ਗੁੱਡ ਸਰ ਮੱਛੀਆਂ ਦਿਖਾਓ ਸਰ
ਸਰ ਜੀ ਇਹ ਮੈਨੇਜ ਕਰਨਾ ਬਹੁਤ ਔਖਾ ਮੈਂ ਇਹਦੇ ਨਾਲ ਦੀਆਂ ਲੈ ਗਿਆ ਤੇ ਦੂਜੇ ਦਿਨ ਹੀ ਮਾਰ ਲਈਆਂ ਹਾਂਜੀ ਰੇਤ ਦਾ ਪਾਰ ਰਿਸਕ ਰਿਹਾ ਲੱਕੜੀ ਦੇ ਵਿੱਚ ਨਾ ਕੀ ਆਦੇ ਮੀਆਂ ਸਾਹਿਬ ਕੋਈ ਇਧਰਲਾ ਮਕਾਨ ਲੈ ਵੀ ਮਿੱਤਰੋ ਦੁਆ ਕਰਿਓ ਅੱਲਾ ਖੈਰ ਕਰੇ ਇੱਕ ਮਕਾਨ ਅੱਜ ਦੇਖਿਆ ਇੱਕ ਦੋ ਸਵੇਰੇ ਦੇਖਣੇ ਆ ਅਤੇ ਕੋਈ ਦੋਵਾਂ 'ਚੋਂ ਸੈਟਿੰਗ ਬਣ ਜਾਵੇ ਅੱਲਾ ਤਾਲਾ ਖੈਰ ਕਰੇ ਨਿਜ਼ਾਮ ਸਿੱਧਾ ਹੋ ਜਾਏਗਾ ਕੋਈ ਨਾ ਹੈਲੋ ਜੀ ਅਭੀ ਕਾ ਜੋ ਫਰੈਸ਼ ਪ੍ਰੋਗਰਾਮ ਹੈ ਭਾਈ ਜਾਨ ਟਰੈਕਟਰ ਲੈ ਕੇ ਜਾਣਾ ਰੂਟਾਵੈਟਰ ਚੱਕਣਾ ਅੱਲਾ ਤਾਲਾ ਲਿੰਗੜਿਆਲ ਸਾਹਿਬ ਦੀ ਤਰਫੋਂ ਖੇਤੀ ਦਾ ਕੰਮ ਮੁਕੰਮਲ ਹੋ ਗਿਆ ਸੀ ਟਰੈਕਟਰ ਤੋਂ ਆਇਆ ਨਹੀਂ ਸੀਗਾ ਹਾਲੇ ਅਤੇ ਰੂਟਾਵੈਟਰ ਭਾਈ ਅੱਲਾ ਦੇ ਉੱਤੇ ਕੋਲੋਂ ਚੱਕਣਾ ਆ ਉੱਥੇ ਉਹਨਾਂ ਦੇ ਫਾਰਮ 'ਤੇ ਪਿਆ ਲਿਬੜਿਆ ਤਿਬੜਿਆ ਉਸ ਚੱਕਣ ਤੋਂ ਪਹਿਲੇ ਆਪਣਾ ਮੇਰਾ ਇਰਾਦਾ ਹੈ ਵੀ ਟਰੈਕਟਰ ਥੋੜ੍ਹਾ ਗਾਂਹ ਹੀ ਲੈ ਕੇ ਨਿਕਲ ਜਾਈਏ ਕਿਉਂਕਿ ਸਾਬਰ ਜ਼ਰੀ ਇੰਡਸਟਰੀ ਵਾਲੇ ਬਾਬਰ ਸਾਹਿਬ ਨੇ ਉਹਨਾਂ ਨੂੰ ਰੂਟਾਵੈਟਰ ਸੇਲ ਕੀਤਾ ਸੀ ਇੱਥੇ ਬਾਈ ਸ਼ਮਸ ਲਖ ਚੌਧਰੀ ਨੂੰ ਚੀਜ਼ਲ ਰੂਟਾਵੈਟਰ ਨਹੀਂ ਚੀਜ਼ਲ 9 ਕਰੋੜ ਦਾ ਬਲਾਂ ਚੀਜ਼ਲ ਆ ਬਹੁਤ ਵੱਡਾ ਉਹਦੇ ਮਗਰ ਫਿਰਕੀ ਆ ਉਹਦੀ ਅੱਜ ਮੈਂ ਵੀਡੀਓ ਵੀ ਬਣਾਉਣੀ ਸੀਗੀ ਅਤੇ ਬਸ ਉਹ ਮੇਰਾ ਨਾ ਲੱਗ ਸਕਾ ਟਾਈਮ ਕੋਈ ਸ਼ਡਿਊਲ ਨਾ ਬਣ ਸਕਿਆ ਕੋਈ ਅੱਛਾ ਅਤੇ ਉਹ ਅੱਜ ਆਪਾਂ ਸ਼ਡਿਊਲ ਬਣਾ ਲੈਂਦੇ ਹਾਂ ਮੇਰਾ ਖਿਆਲ ਉਹੀ ਅਤੇ ਕਿਉਂ ਨਾ ਆਪਾਂ ਜਾ ਕੇ ਅਤੇ ਉਹ ਅੱਜ ਆ ਰਹੇ ਨੇ ਬਾਈ ਸ਼ਮਸੁਰ ਅਕਲ ਖਾਣਾ ਵੀ ਆ ਮੌਕੇ 'ਚ ਮੌਕੇ ਉੱਥੇ ਦੇਖਦੇ ਹਾਂ ਨਾਲੇ ਉਹ ਚੀਜ਼ਲ ਦੇਖਦੇ ਹਾਂ ਅੱਜ ਕੈਸਾ ਰਹਿੰਦਾ ਕੰਮ ਅਤੇ ਨਾਲੇ ਆਪਾਂ ਟਰੈਕਟਰ ਜਿਹੜਾ ਲੈ ਕੇ ਜਾਣਾ ਟਰੈਕਟਰ ਤਾਂ ਆਪਾਂ ਵੈਸੇ ਵੀ ਰੂਟਰ ਚੱਕਣ ਖਾਣਾ ਹੀ ਆ ਟਰੈਕਟਰ ਗਾਂਹ ਲਈ ਜਾਵਾਂਗੇ ਆਪਣੇ ਟਰੈਕਟਰ ਦੇ ਵਿੱਚ ਲਾ ਕੇ ਅਤੇ ਚੈੱਕ ਕਰਾਂਗੇ ਜ਼ਰਾ ਕੀ ਖਿਆਲ ਹੈ ਤੁਹਾਡਾ ਦੋਸਤਾਂ ਦਾ ਅੱਜ ਤੁਹਾਨੂੰ ਇੰਜੋਏ ਕਰਾਉਂਦੇ ਹਾਂ ਫਿਰ ਖੇਤਾਂ ਦੇ ਵਿੱਚ ਗੱਡੀ ਇੱਥੇ ਪਾਰਕ ਕਰ ਦਿੰਦੇ ਹਾਂ ਬੱਦਲ ਜਿਹਾ ਹੋ ਗਿਆ ਯਕਦਮ ਪਹਿਲੇ ਤਾਂ ਧੋਪੀ ਸੀਗੀ ਹੁਣ ਹੀ ਹੋਏ ਆ ਬੱਦਲ ਚਾਬੀ ਇਹਦੇ ਵਿੱਚ ਰਹਿਣ ਦਿੰਦੇ ਹਾਂ
ਇਹ ਜਨਾਬ ਬਾਬਰ ਸਾਹਿਬ ਜਿਹੜੇ ਨੇ ਨਾ ਜੀ ਹੁਣ ਪਹੁੰਚੇ ਨੇ, ਨਾ ਮਲਕ ਸਾਹਿਬ ਪਹੁੰਚੇ ਨੇ, ਮੀਆਂ ਚਰੂ ਜੀ ਤਸ਼ਰੀਫ ਲਿਆਏ ਨੇ। ਇਹ ਸਾਡੇ ਉਸਤਾਦ ਮਸ਼ੂਕ ਅਲੀ ਨੇ, ਇਹਨਾਂ ਨੇ ਸਵੇਰੇ ਚੀਜ਼ਲ ਚਲਾਇਆ, ਕੱਲ ਦਾ ਚਲਾ ਰਹੇ ਨੇ, ਅੱਜ ਅਸੀਂ ਵੀਡੀਓ ਦੇ ਵਿੱਚ ਲਾਈਵ ਉਸਤਾਦ ਕੋਲੋਂ ਚਲਵਾਉਣਾ ਆ। ਇਹ ਬੰਦੇ ਬੁਲਾਏ ਨੇ ਵੀ ਤੁਸੀਂ ਆਪਣੇ ਚੀਜ਼ਲ ਦੇ ਲਾਗੇ ਖੁਲਵੋ ਕੇ ਅਤੇ ਸਾਡਾ ਬੰਦਾ ਚਲਾਏਗਾ, ਅਤੇ ਜਿਹੜਾ ਵੀ ਮਸਲਾ ਮਸਾਇਲ ਅਸੀਂ ਉਹਨੂੰ ਮੌਕੇ 'ਤੇ ਦੱਸਣਾ, ਲਾਈਵ ਤੁਹਾਨੂੰ ਦਿਖਾਉਣਾ ਹੈ, ਵੀਡੀਓ ਵੀ ਬਣਾ ਦਿਆਂਗਾ, ਸਾਰਾ ਕੁਛ ਕਰ ਦਿਆਂਗਾ ਭਰਾਵਾਂ ਵਾਸਤੇ। ਇਹ ਰੂਟਾਵੈਟਰ ਮਸ਼ੂਕ ਅਲੀ ਸਾਹਿਬ ਜਿਹੜਾ ਮਾਰਨ ਚੱਲੇ ਆ, ਕਿਲਾ ਢੇਡ ਰਹਿ ਗਿਆ, ਉਹਨੀ ਦਿਨ ਅਸੀਂ ਬੈਠੇ ਹਾਂ ਅਤੇ ਫਿਰ ਅੱਲਾ ਖੈਰ ਕਰੇ ਮਾਰਦੇ ਹਾਂ। ਉਹ ਮੇਰੇ ਵਾਲਾ ਵੀ ਅੱਜ ਆਇਆ, ਉਹਦੇ 'ਤੇ ਵੀ ਤੁਹਾਨੂੰ ਚਲਾ ਕੇ ਦਿਖਾਵਾਂਗੇ, ਸਾਡੇ ਕੋਲ ਫੀਅਟ 480 ਆ, ਉਹਦੇ 'ਤੇ ਵੀ ਚਲਾ ਕੇ ਚੈੱਕ ਕਰਾਵਾਂਗੇ ਜਲਦੀ ਇਨਸ਼ਾਅੱਲਾ। ਇਧਰੋਂ ਬੱਦਲ ਛੱਦਲ ਜੇ ਹੋਏ ਦੇਖ ਕੇ ਮੈਨੂੰ ਲੱਗਦਾ ਲਾਲਾ ਗਾਹੀ ਆਉਂਦਾ ਆ, ਲਾਲਾ ਗਾਹੀ ਆਉਂਦਾ ਤੇਲ ਸਾਰੇ ਧੜਾ ਧੜ ਸਿੱਟੀ ਆਉਂਦੇ ਮੁੰਡੇ, 9-10 ਹਜ਼ਾਰ ਲੈਂਦੇ ਹੋਣੇ ਮਸ਼ੀਨ ਵਾਲੇ, ਲੇਬਰ ਸ਼ੇਬਰ ਇਹਨਾਂ ਦੀ ਹੁੰਦੀ ਆ। ਦੇਖੀਏ ਹਾਂ ਭਲਾ ਕੋਈ ਸ਼ਾਇਦ ਨਿਕਲੀ ਵੀ ਆ ਭਾਉ ਦੀ ਕਿ ਕੋਈ ਨਹੀਂ, ਥੱਲੇ ਤਾਂ ਬਹੁਤ ਗਿਰੇ ਆ। ਗੁਜ਼ਾਰਾ ਮੁਜ਼ਾਰਾ ਚੱਲ ਜਾਏਗਾ। ਸੋਰੀ ਕੋ ਤੇਲ ਵੀ ਕਿਤੇ 2-3 ਰੁਪਿਆਂ ਦੇ ਸੀ ਨਾ, ਨਹੀਂ 3 ਦੇ ਨਹੀਂ, ਸੋਰੀ ਮਾਫ਼ ਕਰਨਾ, 3 ਦੇ ਨਹੀਂ, ਇਹ ਤਕਰੀਬਨ ਬਣਨੇ ਆ ਮੁਰੱਬੇ 1.5 ਦੇ ਬਣਨੇ ਆ, 3 ਦੇ ਨਹੀਂ। ਦਸ ਲੱਖ ਦਾ ਹਾਂ ਵੀ ਅਰਸਲਾਨ, ਚਲੋ 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 ਚਲੋ। ਗ੍ਰੇ ਫਰੂਟ ਚੋਰੀ ਵੱਡੇ ਹੋ ਗਏ ਹੁਣ ਹਨਾ, ਹਾਂਜੀ ਮਾਸ਼ਾਅੱਲਾ ਜੀ ਵੱਡੇ ਹੋ ਗਏ। ਤੂੰ ਯਾਰ ਇੱਥੇ ਸਿਕਾਇ ਕੋ ਤੋੜ ਕੇ ਖਾ ਵੀ ਲਿਆ? ਅੱਛਾ ਸਹੀ ਨਿਕਲਿਆ ਉਹ? ਹੁਣ ਪੱਕਣ ਦੇ ਚੋਰ, ਹੁਣ ਇਹ ਇੱਥੇ ਪਏ ਪਏ ਸੋ ਗਿਆ, ਵੇਖਿਆ ਮੋਰਾ ਉਦਾਂ ਹੀ, ਇਹ ਰਾਈਆਂ ਦਾ ਮਾਲ ਆ ਭਾਈ, ਇਹ ਨਹੀਂ ਥੋੜਾ ਜਿਹਾ ਗੁੱਸਾ ਕਰਦੇ ਸੀ ਤੇ ਮੈਂ ਕਿਹਾ ਇਹਨਾਂ ਦਾ ਥੋੜਾ ਜਿਹਾ ਇਲਾਜ ਕਰ ਲਈਏ, ਤੇ ਮੈਂ ਕਿਹਾ ਵੀ ਉਹ ਲੜਕੇ ਧੋ ਲਵਾਂ, ਉਹ ਮੈਂ ਫਿਰ ਕੋਈ 1.5 ਮਹੀਨਾ ਧੋਤਾ ਹਰ ਦੂਜੀ ਵੀਡੀਓ ਦੇ ਵਿੱਚ ਉਹਨਾਂ ਨੂੰ, ਤੇ ਬਾਕੀ ਅੱਲਾ ਖੈਰ ਕਰੇ ਨਾ ਜੀ। ਜਿਹੜਾ ਡਿਲੈਕਸ ਸਾਹਿਬ ਆ ਨਾ, ਲਓ ਜੀ ਇਹ ਅਸੀਂ ਹੁਣ ਇੱਥੋਂ ਖਾਣਾ ਛਾਣਾ ਖਾ ਕੇ ਲੱਗੇ ਨਿਕਲਣ, ਤੇ ਇਹ ਇੱਧਰ ਸਾਹਮਣੇ ਜਨਾਬ ਬਾਈ ਸ਼ਮਸੁਲ ਹੱਕ ਸਾਹਿਬ ਦਾ ਜਨਾਬ ਬਾਇਓਗੈਸ ਪਲਾਂਟ ਆ, ਇਹਦੇ ਵਿੱਚ ਪਾਣੀ ਜਨਾਬ ਪੈਪ ਨਾਲ ਪਾਇਆ ਜਾ ਰਿਹਾ, ਕਲੰਪ ਨੂੰ ਅੰਦਰ ਪੈਪ ਲਾ ਲੈਂਦੇ ਆ ਇਹ, ਤੇ ਮੁੰਡਾ ਜਨਾਬ 2-3 ਲਿਆ ਕੇ ਇਹਦੇ ਵਿੱਚ ਸਿੱਟਦਾ ਹੀ ਸਿਰਫ ਕੜਾਹੀਆਂ। ਕਿੰਨੀਆਂ ਕੜਾਹੀਆਂ? ਹੈਂ ਹਾਂਜੀ 4 ਕੜਾਹੀਆਂ ਜੀ, 24 ਘੰਟੇ ਬਾਅਦ ਹਾਂਜੀ
ਚਾਰ ਕੜਾਈਆਂ ਪਾਉਂਦਾ ਜੀ 24 ਘੰਟੇ ਬਾਅਦ ਜੀ। ਉੱਥੋਂ ਦੀ ਆਪੇ ਹੀ ਉਹ ਇੱਦਾਂ ਗੈਸ ਮਾਰਦਾ ਉੱਤੇ ਨੂੰ, ਅਤੇ ਆਪੇ ਉੱਥੋਂ ਮਾਲ ਬਾਹਰ ਆ ਜਾਂਦਾ, ਅਤੇ ਉਹ ਮਾਲ ਹੋਦੀ ਜਾ ਕੇ ਅਤੇ ਅੱਗੇ ਖਾਲੇ ਜਾ ਕੇ ਅਤੇ ਅੱਗੇ ਇਸਤੇਮਾਲ ਕਰਦੇ ਸੀ, ਹੁਣ ਕੋਈ ਨਹੀਂ ਕਰਦੇ। ਇੱਥੇ ਤਾਂ ਨੂੰ ਜਿਹੜੇ ਵਾਲਾ ਮਾਰਦਾ ਅਤੇ ਖਾ ਕਰਾਹ ਨਾਲ ਬਹੁਤਾ ਜਦੋਂ ਹੋ ਜਾਂਦਾ ਕੋਈ 15-20 ਦਿਨ ਮਹੀਨਾ ਲੱਗ ਜਾਂਦਾ, ਉਦੋਂ ਫਿਰ ਖਿੱਚ ਕੇ ਕਰਾਹ ਨਾਲ ਇੱਥੇ ਖਲਾਰ ਖਲੂਰ ਦਿੰਦੇ ਖੇਤ 'ਚ। ਉਹ ਟਰੈਕਟਰ ਮੁੰਡਾ ਆਪਣੇ ਵਾਲਾ ਲਈ ਜਾਂਦਾ। ਮੀਆਂ ਜਦੋਂ ਆਏਗਾ ਤੇ ਲੱਗ ਪਤਾ ਜਾਏਗਾ, ਕਣਕ ਦਾ ਪ੍ਰੋਗਰਾਮ ਬੁਰੀ ਤਰ੍ਹਾਂ ਫਲੋਪ। ਉਸਤਾਦ ਮਸ਼ੂਕ ਅਲੀ ਚੀਜ਼ਲ ਪਾਈ ਖੜਾ ਜਨਾਬ, ਤੇ ਬਹੁਤ ਦੁੜਾਈ ਖੜਾ ਆ ਖੇਤ ਦੇ ਵਿੱਚ, ਤੇ ਬੜੇ ਪੜਛੇ ਉਹ ਖੇੜੀ ਖੜਾ ਆ। ਅਰਸਲਾਨ ਕੋ ਚਾਸ ਆਉਂਦੀ ਸਵਾਰੀ ਦੀ ਕਿ ਨਹੀਂ? ਹਾਂ ਸਾਊਂਡ ਦੇ ਹੀ ਨਜ਼ਾਰੇ ਨੇ ਜਨਾਬ। ਦੇਖੋ ਮਸ਼ੂਕ ਅਲੀ ਉਸਤਾਦ ਜਨਾਬ ਚਲਾ ਰਹੇ ਨੇ ਫਿਰਕੀ ਸਮੇਤ, ਧੂਣਾ ਕੱਢੀ ਆਉਂਦੇ ਨੇ। ਪੂਰੇ ਪ੍ਰੋਗਰਾਮ ਦੀ ਵੀਡੀਓ ਮੈਂ ਟਰੈਕਟਰ ਜ਼ੂਮ 'ਤੇ ਅਪਲੋਡ ਕਰਾਂਗਾ, ਬਾਕੀ ਤੁਹਾਨੂੰ ਗੱਪਸ਼ਪ ਅਤੇ ਛੋਟਾ ਮੋਟਾ ਨਿਜ਼ਾਮ ਅਤੇ ਜੇ ਉਹ ਇੱਦਾਂ ਦੀਆਂ ਸ਼ਾਮਾਂ ਦਿਖਾਉਂਦੇ ਹਾਂ ਇਹਦੇ 'ਤੇ। ਫੁੱਲ ਪ੍ਰੋਟੋਕੋਲ ਹੋਏਗਾ ਇਨਸ਼ਾਅੱਲਾ ਤਾਲਾ। 480 ਮਗਰ ਵੀ ਮੰਗਵਾਇਆ ਮੈਂ, 480 ਵੀ ਚੌਰੀਆਂ ਦਾ। ਮਸ਼ੂਕ ਅਲੀ ਜਨਾਬ ਛਿੱਕੀ ਆਉਂਦਾ, ਇਹ ਬੰਦੇ ਜਨਾਬ ਅਸੀਂ ਇੰਡਸਟਰੀ ਵਾਲੇ ਇੱਥੇ ਬੁਲਾਏ ਆ ਵੀ ਸਾਨੂੰ ਇਹ ਚਲਾ ਕੇ ਦੱਸੋ ਵੀ ਆਹ ਰੂਲਰ ਜਿਹਾ ਤੁਹਾਡਾ ਕਿੱਦਾਂ ਚੱਲਦਾ। ਇਹ ਭਾਈ ਸ਼ਮਸ ਨੇ ਖਰੀਦਿਆ, ਅਤੇ ਇਹਦੀ ਕੀਮਤ ਕੁਮਤ ਵੀ ਦੱਸਦਾ ਮੈਂ ਤੁਹਾਨੂੰ। ਇੱਕ ਵਾਰੀ ਕੋਈ ਮਾੜੀ ਜੀ ਸਿੱਧੀ ਪੱਧਰੀ ਹੋ ਲਵੇ ਕੰਮ, ਹਲੇ ਤਾਂ ਪਿੰਨਾਂ ਦਾ ਨਹੀਂ ਉਸਤਾਦ ਹੁਣਾਂ ਨੂੰ ਪਤਾ ਲੱਗ ਰਿਹਾ ਵੀ ਕਿੱਥੇ ਕਮਾਉਣੀ ਆ। ਲਓ ਜੀ ਚੌਧਰੀ ਵਾਲਾ ਸ਼ਹਿਜ਼ਾਦਾ ਫੀਅਟ 480 ਵੀ ਸਦਾ ਲਿਆ ਅਸੀਂ। ਫੀਅਟ ਚੌਧਰੀ ਨੂੰ ਟੁੱਟ ਭੱਜ ਜਾਏਗਾ, ਹਲ ਛਿਕਣਾ ਨਹੀਂ ਛੱਡੇਗਾ। ਲਓ ਜਨਾਬ ਇਹ ਜਨਾਬ ਉਸਤਾਦ ਚੌਧਰੀ ਸਾਹਿਬ ਦੇ, ਸ਼ਮਸੁਲਾਕ ਸਾਹਿਬ ਦੇ ਜਨਾਬ ਫਾਰਮ 'ਤੇ ਇਹਨਾਂ ਦਾ 480 ਅਤੇ ਜਨਾਬ 85 ਨਾਲ ਵੀ ਚਲਾ ਕੇ ਤੁਹਾਨੂੰ ਟੂ ਵੀਲ ਨਾਲ ਵੀ ਚੈੱਕ ਕਰਾਵਾਂਗੇ। ਇਹਨਾਂ ਦਾ ਪਰਕਨ ਮਾਡਲ ਆ, ਇਹ ਕਹਿੰਦੇ ਨੇ ਕਿ ਬਹੁਤ ਹੀ ਅੱਛਾ ਕਾਮਯਾਬ ਟਰੈਕਟਰ ਆ ਸਾਡਾ, ਅਤੇ ਮੇਰੇ ਵਾਲਾ 64 HP ਆ, ਇਸ ਗੱਲੋਂ ਮੈਂ ਵੀ ਮਾੜਾ ਜਿਹਾ ਚਲਾ ਕੇ ਚੈੱਕ ਕਰ ਲਵਾਂਗਾ ਐਂਡ 'ਤੇ। ਬਾਕੀ ਜਿਹੜਾ ਆ ਉਹ ਹੁਣ ਉਸਤਾਦ ਮਸ਼ੂਕ ਅਲੀ ਸਾਹਿਬ ਨੇ ਚਲਾਇਆ ਵਾ, ਉਹਨਾਂ ਨੂੰ ਇਹਦਾ ਬਿਹਤਰ ਤਜਰਬਾ, ਮੈਂ ਹਲੇ ਛੱਡ ਕੇ ਕੋਈ ਨਹੀਂ ਜੇ ਚਲਾਇਆ ਕੱਲ੍ਹ ਦੇ, ਯਸ ਅੱਜ ਚਲਾਇਆ ਵਾ ਅਤੇ ਉਸਤਾਦ ਸਾਹਿਬ ਨੇ ਚਲਾਇਆ ਵਾ।
ਤੇ ਇਨਸ਼ਾਅੱਲਾ ਇਹਨਾਂ ਦਾ ਰਿਵਿਊ ਲੈਨੇ ਆ, ਸਾਰੀ ਗੱਲਬਾਤ ਵੀ ਇਹਨਾਂ ਕੋਲ ਪੁੱਛਦੇ ਆ। ਭਾਈ ਮਸ਼ੂਕ ਹੈਲੋ 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 ਸਤਾ ਤੂੰ ਇੱਥੇ ਨਾਲ ਖੜੋ ਮੇਰੇ ਆ ਕੇ ਤੈਨੂੰ ਮੈਂ ਵੀਡੀਓ ਬਹੁਤ ਗਲਤ ਕੀਤੀ ਕਿਹੜੀ ਆ ਫਿਰ ਕੀ ਇਹਦੀ ਫਿਰ ਕੀ ਇਹਦੀ ਕੀ ਪਈ ਹੈ ਨਾ ਇਹ ਨਜ਼ਰ ਆ ਰਹੀ ਕਿ ਨਹੀਂ ਫੀਅਰ ਦੇ ਐਂਡ ਤੇ ਤੁਹਾਡੇ ਆਪਣੇ ਤੇ ਚੱਲਦਾ ਰਹਿੰਦੇ ਅਗਰ ਵੀਡੀਓ ਚ ਤੁਹਾਡੇ ਆਪਣੇ ਤੇ ਮਗਰ ਐਂਡ ਤੇ ਹੋਊਗਾ ਅਸੀਂ ਚੱਲ ਜਾਾਂਗੇ ਉਹ ਬੱਚਾ ਐਂਡ ਤੇ ਚੱਲਦਾ ਰਹੇਗਾ ਯਾਰ ਸਾਡੇ ਪਹਿਲੇ ਚਲਾਉਣ ਦਿਓ ਨਾ ਵਿਚਾਲ ਇਹ ਚ ਉਹਦਾ ਹੀ ਨਾ ਛੋਟੇ ਪਰੇ ਬੋਤੇ ਮਤਲਬ ਯਾਰ ਤੋਂ ਇੱਥੇ ਬਣਾਉਣ ਪਰ ਬਣਾਉਣੀ ਆ ਟਰੈਕਟਰ ਦੀ ਵੀ ਪੂਰੀ ਆ ਸਟਾਰਟ ਕਰ ਇਹਦਾ ਪੂਰਾ ਫਰੇਮ ਆ ਬਲਜਾ ਫੜ
ਚੱਲ ਲੋ ਜਨਾਬ ਉਸਤਾਦ ਮਸ਼ੂਕ ਅਲੀ ਸਾਹਿਬ ਜਨਾਬ ਚਲਾ ਰਹੇ ਸਨ, ਹੁਣ ਉਸਤਾਦ ਮਸ਼ੂਕ ਅਲੀ ਆ ਰਹੇ ਨੇ। ਉਹ ਹਲਕਾ ਜਿਹਾ ਅੱਗਿਓਂ ਥੋੜ੍ਹਾ ਜਿਹਾ ਲੈਵਲ ਤੋਂ ਮੂੰਹ ਜ਼ਿਆਦਾ ਤਾਂ ਖੁੱਲ੍ਹਾ ਸੀ ਵੀ ਟਾਪ ਲੈਂਕ ਵਿੰਗੀ ਹੋ ਗਈ ਦੋਵਾਂ ਸਾਈਡਾਂ ਤੋਂ, ਪਹਿਲੇ ਦੀ ਵਿੰਗੀ ਆ ਇਹ ਅਤੇ ਚੂੜੀ ਟਾਈਟ ਨਹੀਂ ਹੁੰਦੀ ਸੀ, ਵਰਨਾ ਹਲਕੀ ਜੀ ਟਾਪ ਲੈਂਕ ਅੱਗੇ ਡਾਊਨ ਕਰ ਲੈਣੀ ਸੀ। ਇਸ ਵਜ੍ਹਾ ਤੋਂ ਨਹੀਂ ਚੱਕਿਆ, ਕਿਸੇ ਵਜ੍ਹਾ ਤੋਂ ਉਸਤਾਦ ਵਾਲੇ ਤਾਂ ਬਰਾਬਰ ਹੀ ਸੀਗੀ, ਇਹਨੂੰ ਮੈਂ ਕਿਹਾ ਸੀ ਮੈਂ ਕਿਹਾ ਖੋਲ੍ਹ ਲਿਆ, ਉਹ ਆਂਦਾ ਨਹੀਂ ਬਸ ਇੱਦਾਂ ਹੀ ਚੱਲਣ ਦੇ ਹੁਣ ਯਾਰ। ਜੀ ਦੋਸਤੋ ਤੁਸੀਂ ਦੇਖਿਆ ਕਿ ਜਨਾਬ ਸਾਰੇ ਟਰੈਕਟਰ ਦੇ ਥੋੜ੍ਹੇ ਥੋੜ੍ਹੇ ਸੀਨ ਮੈਚ ਪਾਤੇ ਸੀ, ਬਕਾਇਆ ਇੱਕ ਲੰਬੀ ਵੀਡੀਓ ਵੀ ਤੁਹਾਡੇ ਵਾਸਤੇ ਬਣਾ ਦਿੱਤੀ ਹੈ 4x4 ਮਗਰ ਵਿੱਚ ਲਾ ਕੇ ਤੁਹਾਨੂੰ ਦੋਸਤਾਂ ਨੂੰ ਦਿਖਾ ਦਿੱਤਾ। ਇਹ ਜਨਾਬ ਹੁਣ 480 ਦਾ ਅਸੀਂ ਫਾਇਆ ਲੈਣ ਲੱਗੇ ਹਾਂ, ਇਹ ਦੇਖੋ ਕੀ ਕਰਦਾ। ਸਾਡੀ ਤਾਂ ਸੁਣਦਾ ਨਹੀਂ ਉਸਤਾਦ ਪੂਰਾ। ਲਓ ਜੀ ਇਹ ਸੀਗਾ ਅੱਜ ਦਾ ਸ਼ੋ, ਹੈਂ ਮਸ਼ੂਕ ਅਲੀ ਤੇਰੇ ਟਰੈਕਟਰ ਦੀ ਪਰਫਾਰਮੈਂਸ ਦੇਖ ਕੇ ਮੇਰਾ ਦਿਲ ਕਰਦਾ ਵੀ ਇੱਕ ਮੈਂ ਫੀਅਟ ਰੱਖਾਂ ਹੀ ਰੱਖਾਂ, ਦੁਬਾਰਾ ਫਿਰ ਜ਼ਿੰਦਗੀ 'ਚ ਲਵਾਂ, ਇੱਕ ਵਾਰੀ ਅੱਗੇ ਲਿਆ ਦੁਬਾਰਾ ਫਿਰ ਲਵਾਂ ਫੀਅਟ, ਹੁਣ ਇੱਕ ਵਾਰੀ ਲਵਾਂ ਹੀ ਲਵਾਂ, ਭਾਵੇਂ ਵਰਕਸ਼ਾਪ ਰਵੇ ਲਿਖਣ ਲਵਾਂ ਹੀ ਲਵਾਂ ਲਵਾਂ ਹੀ ਲਵਾਂ ਇੱਕ ਵਾਰੀ। ਇਹ 4x4 ਬਸ ਸਾਈਡ 'ਤੇ ਖੜਾ ਕਰ ਦੇਣਾ, ਹੁਣ ਫੀਅਟ ਲੈ ਲੈਣਾ ਆਪਾਂ। ਹਾਂ ਵੇ ਅੱਛਾ ਤੂੰ ਖੜਾ ਖੜੋਤਾ ਵੇਂਦਾ ਰਿਹਾ, ਚੋਣ ਖਿੱਚੇ ਤੂੰ ਚਾਹ ਸਹੀ ਏ
ਚਲੋ ਲੋ ਜੀ ਹੁਣ ਸਾਡੀ ਆ ਇੱਥੋਂ ਵਾਪਸੀ ਜੀ ਯਾਰ ਸਹੀ ਦੱਸ ਬੜਾ ਲੇਟ ਆ ਰਿਹਾ ਯਾਰ ਹੁਣ ਮੇਰਾ ਤੁਹਾਨੂੰ ਦੱਸਤਾ ਕਿਤੇ ਠੀਕ ਹੈ ਮਲਿਕ ਸਾਹਿਬ ਥੈਂਕ ਯੂ ਜੀ ਰਸਤੇ ਦੇ ਵਿੱਚ ਜਨਾਬ ਇਮਰਾਨ ਸਾਹਿਬ ਦੀ ਹਾਂ ਸਟਾਰਟ ਨਹੀਂ ਹੋਣਾ ਇਹ ਹੁਣ ਏਅਰ ਲਾਕ ਪਿੱਛੋਂ ਕੰਪਨੀ ਨੇ ਬੰਦ ਕਰਾ ਦਿੱਤਾ ਏਅਰ ਲਾਕ ਹੋ ਗਿਆ ਯਾਰ ਅੱਛਾ ਰਸਤੇ 'ਚ ਮਸ਼ੀਨ ਵਾਲੇ ਉਸਤਾਦ ਸਾਹਿਬ ਸਾਡੇ ਜਾਣੂ ਨੇ ਉਹ ਟੱਕਰ ਗਏ ਨੇ ਬਾਈ ਕਹਿੰਦੇ ਨੇ ਵੀ ਵੀਡੀਓ ਮੈਨੂੰ ਦੇ ਦੇਣੀ ਵਾਪਸ ਮੇਰੀ ਟਿਕਟੋਕ ਬਣਾ ਦੇ ਮੈਂ ਘਾਹ 'ਚ ਵਾੜਨਾ ਲੈ ਬਈ ਸ਼ੌਕ ਚੈੱਕ ਕਰੋ ਉਸਤਾਦ ਦੇ ਹੈ ਪਹਿਲਾਂ ਦਿੱਤੇ ਤਾਂ ਰੂਟਰ ਆਪਣਾ ਪਿਆ ਸੀ ਮੈਂ ਕਿਹਾ ਹੁਣ ਛੁੱਕ ਲਈਏ ਵਾਪਸੀ ਤੇ ਦਿਨ ਛੁੱਪਦਾ ਜਾਂਦਾ ਆ ਨਾਲੇ ਕੱਲ ਪਾਣੀ ਲਾ ਕੇ ਗਏ ਸੀ ਮਕਈ ਨੂੰ
ਉਹ ਦੇਖ ਲਈ ਲਓ ਜੀ, ਸ਼ੋਰਾਂ ਨੇ ਰੂਟਰ ਪਵਾ ਦਿੱਤਾ। ਉਹ ਕੀ ਕਹਿਣਾ ਜੀ, ਜਾਣਾ ਮੈਂ ਕੰਮ ਹੈ। ਲਓ ਜੀ, ਸ਼ਾਮੀ ਆ ਬੇਲੀਆਂ ਦਾ ਟਰੈਕਟਰ ਆ ਗਿਆ ਰੂਟਰ ਪਾਉਣ ਲਈ। ਚਾਹੀਦਾ ਇਹਨਾਂ ਨੂੰ ਵੱਡਾ ਸੀ, ਵੱਡਾ ਤਾਂ ਤੈਨੂੰ ਪਤਾ ਭਾਈ ਸ਼ਮਸ ਨੂੰ ਆਪਾਂ ਦੇ ਤਾ, ਉਹ ਲੈ ਗਏ ਨੇ। ਮੈਂ ਕਿਹਾ ਛੋਟਾ ਹੀ ਪਾ ਲਓ, 48 ਪਾ ਲਓ। ਇਹਨਾਂ ਕੋਲ 36 ਆ, 48 ਚਲੋ 36 ਨਾਲੋਂ ਤਾਂ ਬਿਹਤਰ ਆਉਣਾ, ਨਾਲੇ ਨਵਾਂ ਆ, ਛੁਰੀਆਂ ਨਵੀਆਂ ਆ। ਕੀ ਗੱਲ ਪੈਨ ਉਹਦੀ ਆਪਣੀ ਜੀ ਹੈਗੀ ਹੈ? ਨਹੀਂ ਉਹ ਵੱਡਾ ਵੇਚ ਦਿੱਤਾ, ਦੋ ਸੀਗੇ ਮੇਰੇ ਕੋ, ਇਹ ਵੀ ਨਵਾਂ ਆ, ਦੋ ਸੀ ਮੇਰੇ ਕੋ। ਇਹ 48 ਆ, ਮਲਟੀ ਸਪੀਡ ਹੈ, ਇਹ ਚੱਕਰ ਬਹੁਤ ਤੇਜ਼ ਆ, ਇਹਦੇ ਇਹ ਕੁਤਰਾਈ ਬਹੁਤ ਕਰਦਾ, ਇਹ ਕ੍ਰਾਸ ਪਾ ਲਾ ਤਾਹਾ, ਉਹ ਤਾਂ ਕ੍ਰਾਸ ਤੋਂ ਚੁੱਕੋ, ਸਿਰ 'ਚ ਪਾ ਇਹਦੇ। ਚਲਾ ਤੈਨੂੰ ਬਿਠਾ ਦਿੰਦੇ ਆ, ਉਹਨਾਂ ਨੂੰ ਕਹਿੰਦੇ ਸ਼ਾਮ ਨੂੰ ਚਲਾਓ, ਇਹਨਾਂ ਕੋਲ 48 ਵਾਲ ਨਹੀਂ ਮੁੜਨ ਦਿਆ, ਖਾਲੇ 'ਚ ਨਾ ਵਾੜ ਲੈਣ ਕਦੇ। ਬਚ ਬਚਾ ਹੋ ਗਿਆ, ਚਲੋ ਤਾਹਾ ਬੇਟਾ ਬੰਦ ਕਰ ਦਿਓ, ਜਿੰਦਰ ਲਾ ਦਿਓ। ਹਾਂਜੀ ਮਾਣੇ, ਤੂੰ ਏਸੀ ਚਲਾ ਕੇ ਸੌਂ ਜਾ, ਏਸੀ ਨਹੀਂ ਚਲਾਇਆ ਤੂੰ, ਕਰਵਾ ਲਾ ਤੇ ਸਹੀ, ਡਿੱਗ ਗਿਆ ਮੇਰਾ ਪੁੱਤ, ਡਿੱਗ ਗਿਆ। ਚਲੋ ਚਲੋ ਚਲੋ, ਸ਼ਾਬਾਸ਼, ਚਲੋ।